ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਪੰਜਾਬ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਇੱਕ ਵਿਧਾਇਕ ਨੂੰ ਇੱਕ ਸਾਬਕਾ ਵਿਧਾਇਕ ਨੂੰ ਇੱਕ ਹੀ ਪੈਨਸ਼ਨ ਮਿਲੇਗੀ ਪਰ ਹਾਲੇ ਇਹ ਨਿਯਮ ਲਾਗੂ ਨਹੀਂ ਹੋਇਆ ਇਹ ਤੇ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀਆਂ ਸਾਬਕਾ ਵਿਧਾਇਕਾਂ ਨੂੰ ਪੈਨਸ਼ਨਾਂ ਮਿਲਣੀਆਂ ਨੇ ਉਹ ਇੱਕ ਤੋਂ ਜ਼ਿਆਦਾ ਹੀ ਮਿਲਣਗੀਆਂ ਤਾਂ ਵੱਡੀ ਖਬਰ ਹੈ ਦੱਸਦੀ ਹੈ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਸੀ ਕਿ ਇੱਕ ਤੋਂ ਵੱਧ ਪੈਨਸ਼ਨਾਂ ਨਹੀਂ ਮਿਲਣਗੀਆਂ ਜਿੰਨੀ ਵੀ ਟਰਮ ਦਾ ਕੋਈ ਵਿਧਾਇਕ ਹੋਵੇ ਉਸ ਨੂੰ ਇੱਕ ਹੀ ਪੈਨਸ਼ਨ ਮਿਲੇਗੀ ਪਰ ਹਾਲੇ ਕਾਗਜ਼ੀ ਕਾਰਵਾਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ ਜਿਸ ਕਰਕੇ ਸਾਬਕਾ ਵਿਧਾਇਕਾਂ ਨੂੰ ਇੱਕ ਤੋਂ ਜ਼ਿਆਦਾ ਪੈਨਸ਼ਨਾਂ ਹੀ ਮਿਲਣਗੀਆਂ April ਦੇ ਵਿੱਚ ਜਿਹੜੀਆਂ ਪੈਨਸ਼ਨਾਂ ਆਉਣੀਆਂ ਨੇ March ਮਹੀਨੇ ਦੀਆਂ ਉਹ ਇੱਕ ਤੋਂ ਜ਼ਿਆਦਾ ਹੀ ਜਾਣਨ ਗਿਆ ਦੱਸ ਦਈਏ ਕਿ ਸਰਕਾਰ ਨੂੰ ਇਸ ਸਬੰਧੀ ਇੱਕ ਆਰਡੀਨੈਂਸ ਲਿਆਉਣ ਦੀ ਜ਼ਰੂਰਤ ਸੀਗੀ ਪਰ ਉਹ ਨਹੀਂ ਲਿਆਂਦਾ ਗਿਆ ਕਿਉਂਕਿ ਹਾਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ 3 ਮਹੀਨੇ ਦਾ ਸਮਾਂ ਪਿਆ ਏ ਤੇ ਜੇਕਰ ਕੋਈ ਨਿਯਮ ਲਾਗੂ ਕਰਨਾ ਹੋਵੇ ਤਾਂ ਜਾਂ ਤਾਂ ਵਿਧਾਨ ਸਭਾ ਦੇ ਵਿੱਚ ਬਿਲ ਪਾਸ ਕੀਤਾ ਜਾਂਦਾ ਹੈ ਐਕਟ ਦੇ ਵਿੱਚ ਸੋਧ ਕੀਤੀ ਜਾਂਦੀ ਆ ਤੇ ਉਸ ਤੋਂ ਪਹਿਲਾਂ ਉਸ ਸੰਬੰਧੀ ਇੱਕ ਆਰਡੀਨੈਂਸ ਜਿਹੜਾ ਹੈ ਉਹ ਲਿਆਂਦਾ ਜਾਂਦਾ ਹੈ ਪਰ ਹਾਲੇ ਨਾ ਤਾਂ ਭਗਵੰਤਮਾਨ ਸਰਕਾਰ ਦੇ ਵੱਲੋਂ ਕੋਈ ਆਰਡੀਨੈਂਸ ਲਿਆਂਦਾ ਗਿਆ ਏ ਤੇ ਨਾ ਹੀ ਵਿਧਾਨ ਸਭਾ ਦਾ ਸੈਸ਼ਨ ਹਾਲੇ ਸੱਦਿਆ ਗਿਆ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਹਾਲੇ 3 ਮਹੀਨੇ ਤੱਕ ਹੈ ਤਾਂ ਦੱਸਦੀ ਕਿ ਹਾਲੇ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਨੂੰ ਇੱਕ ਤੋਂ ਜ਼ਿਆਦਾ ਪੈਨਸ਼ਨਾਂ ਹੀ ਮਿਲਣਗੀਆਂ 1 April ਤੋਂ ਜਿਹੜੀਆਂ ਪੈਨਸ਼ਨਾਂ ਮਿਲਣੀਆਂ ਨੇ ਮਾਰਚ ਮਹੀਨੇ ਦੀਆਂ ਉਹ ਇੱਕ ਤੋਂ ਜ਼ਿਆਦਾ ਹੀ ਮਿਲਣ ਗਿਆ ਇੱਕ ਸਾਬਕਾ ਵਿਧਾਇਕ ਇੱਕ ਪੈਨਸ਼ਨ ਨਿਜਮ ਹਾਲੇ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਇਆ ਏ ਇੱਕ ਤੋਂ ਵੱਧ ਪੈਨਸ਼ਨਾਂ ਬੰਦ ਕਰਨ ਦਾ ਭਗਵੰਤਮਾਨ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਸੀ ਫਿਲਹਾਲ ਇਹ ਨਵਾਂ ਨਿਜਮ ਲਾਗੂ ਨਹੀਂ ਹੋਇਆ ਏ ਕਿਉਂਕਿ ਇਸ ਦੇ ਵਿੱਚ ਕੋਈ ਕਾਗਜ਼ੀ ਅਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ ਇੱਕ ਵਿਧਾਇਕ ਇੱਕ ਪੈਨਸ਼ਨ ਲਾਗੂ ਕਰਨ ਲਈ ਸਰਕਾਰ ਨੂੰ ਆਰਡੀਨੈਂਸ ਲਿਆਉਣਾ ਸੀ ਉਹ ਨਹੀਂ ਲਿਆਂਦਾ ਗਿਆ ਅਤੇ ਵਿਧਾਨ ਸਭਾ ਦੇ ਵਿੱਚ ਇਸ ਨਵੇਂ ਜੋ ਸੋਧੇ ਐਕਟ ਨੂੰ ਮਨਜ਼ੂਰੀ ਦੇਣੀ ਸੀ ਉਹ ਵੀ ਨਹੀਂ ਹੋਈ ਕਿਉਂਕਿ ਹਾਲੇ ਸੈਸ਼ਨ ਜਿਹੜਾ ਇਹ 3 ਮਹੀਨੇ ਦਾ ਸਮਾਪਤ ਆਇਆ ਵਿਧਾਨ ਸਭਾ ਚ ਐਕਟ ਦੇ ਵਿੱਚ ਤਬਦੀਲੀ ਕੀਤੀ ਜਾਣੀ ਹੈ ਤੇ ਜੇ ਆਰਡੀਨੈਂਸ ਨਹੀਂ ਲਿਆਉਂਦੀ ਸਰਕਾਰ ਤਾਂ ਇਸੇ ਤਰ੍ਹਾਂ ਇੱਕ ਤੋਂ ਵੱਧ ਪੈਨਸ਼ਨ ਜਿਹੜੀ ਹੈ ਸਾਬਕਾ ਵਿਧਾਇਕਾਂ ਦੀ ਉਹ ਜਾਰੀ ਰਹੇਗੀ ਦੱਸ ਦिए ਕਿ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਨੂੰ ਇੱਕ ਤੋਂ ਵੱਧ ਪੈਨਸ਼ਨਾਂ ਮਿਲਦੀਆਂ ਨੇ ਜਿਸ ਦੇ ਵਿੱਚ ਚਾਹੇ ਉਹ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟਲ ਦੀ ਪੈਨਸ਼ਨ ਹੋਵੇ ਜਿਹੜੀ 325000 ਹੈ ਲਾਲ ਸਿੰਘ ਦੀ 325000 ਹੈ ਸਰਬਨ ਸਿੰਘ ਫਲੋਰ 325000 ਹੈ ਬਲਵਿੰਦਰ ਸਿੰਘ ਭੁੰਦਰ ਦੀ 275000 ਸੁਖਦੇਵ ਸਿੰਘ ਢੀਂਡਸਾ ਦੀ 275000 ਹੈ ਗੁਲਜ਼ਾਰ ਸਿੰਘ ਰਣਿੱਕੇ ਦੀ 225000 ਹੈ ਰਣਜੀਤ ਸਿੰਘ ਬ੍ਰਹਮਪੁਰੇ ਦੀ 225000 ਹੈ ਤਾਂ ਦੱਸਦੀ ਹੈ ਕਿ ਇੱਕ ਵਾਰ ਦੇ ਸਾਬਕਾ ਵਿਧਾਇਕ ਨੂੰ 75000 ਰੁਪਇਆ ਦੋ ਵਾਰ ਦੇ ਸਾਬਕਾ ਵਿਧਾਇਕ ਨੂੰ 125000 ਤਿੰਨ ਵਾਰ ਦੇ ਸਾਬਕਾ ਵਿਧਾਇਕ ਨੂੰ 175000 ਪੈਨਸ਼ਨ ਮਿਲਦੀ ਹੈ ਦੱਸਦੀ ਹੈ ਕਿ ਹਾਲੇ ਇਹ ਨਿਜਮ ਜਿਹੜਾ ਹੈ ਸਾਬਕਾ ਵਿਧਾਇਕਾਂ ਦੀਆਂ ਇੱਕ ਤੋਂ ਵੱਧ ਪੈਨਸ਼ਨਾਂ ਕਟ ਕਰਨ ਵਾਲਾ ਨਿਯਮ ਲਾਗੂ ਨਹੀਂ ਹੋਇਆ ਏ ਤੇ ਇਸ ਸਬੰਧੀ ਸਰਕਾਰ ਨੇ ਆਰਡੀਨੈਂਸ ਲਿਆਉਣਾ ਸੀ ਉਹ ਨਹੀਂ ਲਿਆਂਦਾ ਤੇ ਨਾ ਹੀ ਵਿਧਾਨ ਸਭਾ ਦੇ ਸੈਸ਼ਨ ਵਿੱਚ ਇਸ ਸਬੰਧੀ ਕੋਈ ਸੋਧਿਆ ਹੋਇਆ ਐਕਟ ਪਾਸ ਕੀਤਾ ਏ ਤੇ ਹਾਲੇ ਜਿਹੜਾ ਅਗਲਾ ਸੈਸ਼ਨ ਹੈ ਉਸ ਨੂੰ 3 ਮਹੀਨੇ ਦਾ ਸਮਾਂ ਪਿਆ ਏ ਜੇਕਰ ਸਰਕਾਰ ਆਰਡੀਨੈਂਸ ਨਹੀਂ ਲਿਆਉਂਦੀ ਤਾਂ ਇੱਕ ਤੋਂ ਵੱਧ ਪੈਨਸ਼ਨਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਪਰ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਫੈਸਲਾ ਜ਼ਰੂਰ ਲਿਆ ਗਿਆ ਏ ਪਰ ਇਹ ਫੈਸਲਾ ਹਾਲੇ ਲਾਗੂ ਨਹੀਂ ਹੋਇਆ ਏ ਕਿਉਂਕਿ ਇਸ ਵਿਧਾਇਕ ਇੱਕ ਵਿਧਾਇਕਿਕ ਪੈਨਸ਼ਨ ਨਿਯਮ ਦੇ ਵਿੱਚ ਹਾਲੇ ਕੋਈ ਸੋਧ ਨਹੀਂ ਕੀਤੀ ਗਈ ਹੈ ਤੇ ਸਾਬਕਾ ਵਿਧਾਇਕਾਂ ਨੂੰ ਇੱਕ ਤੋਂ ਵੱਧ ਪੈਨਸ਼ਨਾਂ ਹਲੇ ਮਿਲਦੀਆਂ ਰਹਿਣਗੀਆਂ